why hey good ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈ ਨੇਮ ਇਜ਼ ਜਸਦੀਪ ਕੌਰ ਆਮ ਅ ਕੈਰੀਅਰ ਕਾਉਂਸਲਰ ਵੈਲਬੀਂਗ ਕੋਚ ਐਂਡ ਅ ਪਬਲਿਕ ਸਪੀਕਰ ਟੂਡੇਸ ਮਾਰਨਿੰਗ ਹੁਕੂਮਨਾਮਾ ਫ্রম ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਜ਼ ਬਾਇ ਸ਼੍ਰੀ ਗੁਰੂ ਰਾਮਦਾਸ ਜੀ ਇਨ ਰਾਗ ਪੀਲੰਗ ਅੰਗ 725 ਆਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈਟਸ ਰੀਡ ਇਟ ਅੰਡਰਸਟੈਂਡ ਸੋ ਥੈਟ ਵੀ ਕੈਨ ਇੰਪਲੀਮੈਂਟ ਇਨ ਆਰ ਡੇ ਟੂ ਡੇ ਲਾਈਫ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੀਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲੀਹਾਰੀ ਗੁਰ ਆਪਣੇ ਗੁਰ ਕਉ ਵੱਲ ਜਾਈਆ ਆਇ ਮਿਲ ਗੁਰ ਸਿਖ ਆਇ ਮਿਲ ਤੂ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਪਾਵਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਪਾਣਾ ਮਨਿਆ ਤਿਨ ਕੋਮੀ ਕੋਮੀ ਜਾਈ ਮਿੱਤ ਸਤਗੁਰੂ ਨੇ ਮੈਨੂੰ ਹਰੀ ਪ੍ਰਭੂ ਦੀ ਸਿਫਤ ਸੁਲਾਈਆ ਮਨੋਹਰ ਕਥਾ ਕਹਾਣੀਆਂ ਸੁਣਾਈਆਂ ਹਨ ਮੈਂ ਆਪਣੇ ਪਰਮ ਸਤਿਕਾਰਿਤ ਬਖਸ਼ੀਨ ਸਤਗੁਰੂ ਤੋਂ ਵਾਰ-ਵਾਰ ਬਲੀ ਹਾਰਨੇ ਕੁਰਬਾਨ ਅਤੇ ਸਦਕੇ ਹਾਂ। हे ਮੇਰੇ ਗੁਰੂ ਦੇ ਪਿਆਰੇ ਗੁਰਸਿੱਖ ਤੂੰ ਮੈਨੂੰ ਆ ਕੇ ਮਿਲ। ਮੈਨੂੰ ਆ ਕੇ ਜਲਦੀ ਹੀ ਮਿਲ ਰਹਾਓ। ਜੋ ਹਰੀ ਗੁੜ ਦਰਸਾਉਣੇ ਹਰੀ ਨੂੰ ਬਹੁਤ ਚੰਗੇ ਲੱਗਦੇ ਹਨ ਉਹ ਸਭ ਮੈਂ ਆਪਣੇ ਸਤਗੁਰੂ ਕੋਲੋਂ ਹੀ ਸਿੱਖੇ ਹਨ। ਉਹਨਾਂ ਸੇਵਕਾਂ ਤੋਂ ਅਨੇਕਾਂ ਵਾਰ ਕੁਰਬਾਨ ਹਾਂ ਜਿੰਨਾ ਸਤਗੁਰੂ ਦੇ ਹੁਕਮ ਨੂੰ ਸੁਹਿਰਦਤਾ ਨਾਲ ਮੰਨਿਆ ਹੈ ਨਾਓ ਲੈਟਸ ਰਿਲੇਟ ਥਿਸ ਵਿਦ ਆਰ ਡੇ ਟੂ ਡੇ ਲਾਈਫ ਸੋ ਥੈਟ ਵੀ ਕੈਨ ਇੰਪਲੀਮੈਂਟ ਇਟ ਟੂਡੇ ਟੂਡੇਸ ਹੁਕਮਨਾਮਾ ਇਜ਼ ਅ ਬਿਊਟੀਫੁਲ ਡਿਸਟਿੰਕਸ਼ਨ ਆਫ ਵਾਈ ਇਟ ਇਜ਼ ਇੰਪੋਰਟੈਂਟ ਟੂ ਫੋਲੋ ਦਾ ਗਾਈਡੈਂਸ ਆਫ ਯੋਰ ਗੁਰੂ ਵਾਈ ਇਟ ਇਜ਼ ਇੰਪੋਰਟੈਂਟ ਟੂ ਅੰਡਰਸਟੈਂਡ ਦਾ ਸ਼ਬਦ why it is important to be in gratitude why it is important to appreciate the creation मान लो सा दंद कुछ स्टक हो जाए तो जी जीभ है वो बार बार स्टक वाले पॉइंट पर जाएगी बाकी दंद ठीक हो जी जीभ है स्टक वाले पॉइंट से जाएगी दिस इज़ वट हैपनस विद आर माइंड ऑल्सो वी हैव वेरियस एरियाज़ इन आवर लाइफ एंड सर्टन इंपॉर्टेंट एरियाज़ आर लाइक हेल्थ फैमिली रिलेशनशिप्स बिजनेस फाइनेसिस जॉब मान लो बाकी एरियाज ठीक भी काम कर रहे हो जिथे एक कभी कॉम्प्लीकेशन होएगी साडा जो माइंड है उस चीज़ वाल फोकस करेगा नो द थिंग इज दैट दैट थिंग एक्सपेंड्स वेर यू फोकस तो जे तुम नैगेटिविटी वाली फोकस करोगे जो नटिव एरियाज़ ने उन्होंने वाली फोकस करोगे तो वो एक्सपेंड करे हूँ होना की चाहिए टू फोकस ऑन द पॉजिटिव एरियाज ऑफ योर लाइफ एंड टू डील विद द नैगेटिव ਉਹਨਾਂ ਚੀਜ਼ਾਂ ਨੂੰ ਜਿਹੜੇ ਏਰੀਆਜ਼ ਇਸ ਕੰਪਲਿਕੀਸ਼ਨ ਐ ਅਸੀਂ ਉਹਨਾਂ ਨੂੰ ਛੱਡ ਨਹੀਂ ਸਕਦੇ ਉਹਨਾਂ ਨਾਲ ਡੀਲ ਕਰਨਾ ਜ਼ਰੂਰੀ ਹੈ ਉਹਨਾਂ ਨੂੰ ਸੌਟ ਆਊਟ ਕਰਨਾ ਜ਼ਰੂਰੀ ਹੈ ਬਟ ਫੋਕਸ ਕਿੱਥੇ ਹੋਣਾ ਚਾਹੀਦਾ ਹੈ ਟੁਵਰਡਸ ਦਾ ਪੋਜ਼ਿਟਿਵ ਏਰੀਆਜ਼ ਆਫ ਯੂਅਰ ਲਾਈਫ ਨਾਓ ਦਾ ਕੁਐਸਚਨ ਇਜ਼ ਹਾਊ ਟੂ ਫੋਕਸ ਔਨ ਦਾ ਪੋਜ਼ਿਟਿਵ ਏਰੀਆਜ਼ ਆਫ ਯੂਅਰ ਲਾਈਫ ਬਾਈ ਬੀਇੰਗ ਇਨ ਗ੍ਰੈਟੀਟਿਊਡ ਗ੍ਰੈਟੀਟਿਊਡ ਏਵਰੀ ਮਿਨਿਟ ਗ੍ਰੈਟੀਟਿਊਡ ਏਵਰੀ ਸੈਕੰਡ ਬਿਕਾਜ਼ ਗ੍ਰੈਟੀਟਿਊਡ ਨਾਲ ਹੀ ਐਕਸਪੈਂਸ਼ਨ ਹੁੰਦੀ ਏ ਗ੍ਰੈਟੀਟਿਊਡ ਨਾਲ ਹੀ ਮਿਰਕਲਸ ਵੀ ਹੁੰਦੇ ਨੇ ਗ੍ਰੈਟੀਟਿਊਡ ਇਜ਼ ਦਾ ਐਟੀਟਿਊਡ ਵਿਚ ਗਿਵਸ ਅਸ ਦਾ ਫੋਰਟੀਟਿਊਡ ਟੂ ਡੀਲ ਵਿਦ ਦਾ ਚੈਲੰਜਸ ਆਫ ਲਾਈਫ ਸੋ ਨਾਓ ਦਾ ਕੁਐਸਚਨ ਇਜ਼ ਹਾਊ ਟੂ ਬੀ ਇਨ ਗ੍ਰੈਟੀਟਿਊਡ ਗ੍ਰੈਟੀਟਿਊਡ ਅਸੀਂ ਰਹਿ ਸਕਦੇ ਆ ਗੁਰੂ ਦੀ ਗਾਈਡੈਂਸ ਨਾਲ ਗੁਰਬਾਣੀ ਪੜਨ ਨਾਲ ਗੁਰਬਾਣੀ ਨੂੰ ਸਮਝਣ ਨਾਲ ਤੇ ਗੁਰਬਾਣੀ ਨੂੰ ਇੰਪਲੀਮੈਂਟ ਕਰਨ ਨਾਲ ਨਾਲ ਜਿਹੜੇ ਸਾਡੇ ਇੰਪੋਰਟੈਂਟ ਲੋਕ ਨੇ ਸਾਡੇ ਸਾਨੂੰ ਗਾਈਡ ਕਰਨ ਵਾਲੇ ਸਾਡੇ ਪੇਰੈਂਟਸ ਨੇ ਸਾਡੇ ਟੀਚਰਸ ਨੇ ਉਹਨਾਂ ਨਾਲ ਸਲਾਹ مشورہ ਕਰਨ ਨਾਲ ਉਹਨਾਂ ਦੀ ਗਾਈਡੈਂਸ ਲੈਣ ਨਾਲ ਅਸੀਂ ਗ੍ਰੈਟੀਟਿਊਡ ਵਿੱਚ ਰਹਿ ਸਕਦੇ ਹਾਂ ਐਂਡ ਅਬਵ ਆਲ ਗੁਰਬਾਣੀ ਪੜ੍ਹਨ ਨਾਲ ਗੁਰਬਾਣੀ ਨੂੰ ਸਮਝਣ ਨਾਲ ਮੈਂ ਫੇਰ ਰਿਪੀਟ ਕਰਦੀ ਹਾਂ ਤੇ ਗੁਰਬਾਣੀ ਨੂੰ ਇੰਪਲੀਮੈਂਟ ਕਰਨ ਨਾਲ ਤੇ ਅੱਜ ਇੱਕ ਅਸਾਈਨਮੈਂਟ ਕਰਦੇ ਹਾਂ ਅੱਜ ਦੇਖੋ ਤੁਸੀਂ ਕਿਹੜੇ ਕਿਹੜੇ ਏਰੀਆਜ਼ ਨੇ ਤੁਹਾਡੀ ਲਾਈਫ ਤੇ ਜਿਹੜੇ ਬਹੁਤ ਅੱਛੇ ਚੱਲ ਰਹੇ ਨੇ ਬਟ ਜਿਹੜਾ ਇੱਕ ਅੱਧਾ ਏਰੀਆ ਵੇ ਉਹਦੇ ਵਿੱਚ ਕੁਝ ਕੰਪਲਿਕੇਸ਼ਨ ਨੇ ਬਟ ਸਾਰਾ ਤੁਹਾਡਾ ਜਿਹੜਾ ਦਿਮਾਗ ਉਹ 네ਗੇਟਿਵਿਟੀ ਵਾਲੀ ਲੱਗਾ ਰਹਿੰਦਾ ਹੈ ਉਹਨਾਂ ਨਾਲ ਤੁਸੀਂ ਡੀਲ ਕਰਦੇ ਰਹਿੰਦੇ ਹੋ ਪਰ ਉਹਨਾਂ ਨੂੰ ਸੌਟ ਆਊਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਸੋ ਅੱਜ ਇਸ ਟਿਸ ਦੀ ਪ੍ਰੈਕਟਿਸ ਕਰੋ ਲਿਸਟ ਡਾਊਨ ਕਿਹੜੇ ਏਰੀਆਜ਼ ਅੱਛੇ ਕੰਮ ਕਰ ਰਹੇ ਨੇ ਤੇ ਕਿੱਥੇ ਥੋੜੀ ਬਹੁਤ ਪ੍ਰੋਬਲਮ ਹੈ ਉਸ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕਰੋ ਉਸ ਨੂੰ ਸੌਟ ਆਊਟ ਕਰਨ ਦੀ ਕੋਸ਼ਿਸ਼ ਕਰੋ ਜੇ ਉਹ ਨਹੀਂ ਹੋ ਰਿਹਾ ਤੇ ਆਪਣੇ ਪੇਰੈਂਟਸ ਦੀ ਆਪਣੇ ਕੋਚਸ ਦੀ ਆਪਣੇ ਮੈਂਟਰਸ ਦੀ ਗਾਈਡੈਂਸ ਲਓ ਐਟ ਦ ਸੇਮ ਟਾਈਮ ਬੀ ਇਨ ਗ੍ਰੈਟੀਟਿਊਡ ਗ੍ਰੈਟੀਟਿਊਡ ਏਵਰੀ ਮਿੰਟ ਏਵਰੀ ਸੈਕਿੰਡ ਤੇ ਗੁਰਬਾਨੀ ਨੂੰ ਆਪਣੀ ਲਾਈਫ ਵਿੱਚ ਇੰਪਲੀਮੈਂਟ ਕਰੋ ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ ਅੱਜ ਇਸ ਨੂੰ ਪ੍ਰੈਕਟਿਸ ਕਰਕੇ ਦੇਖੋ